ਇੱਥੇ ਆਏ ਸੀਗੇ ਲੇਕਿਨ ਉਹਨਾਂ ਅੰਦਰ ਮਰੀਜ਼ ਕੋਲ ਨਹੀਂ ਜਾਣ ਤਾਂ ਬਾਹਰੋਂ ਉਹਨਾਂ ਦੇ ਇੱਦਾਂ ਜੀ ਨਰਸਰੀ ਦੀ ਬੈਕ ਸਾਈਡ 'ਤੇ ਆਇਆ ਤਾਂ ਮਾਸ਼ਾ ਅੱਲਾਹ ਇੱਥੇ ਵੀ ਨਿੰਬੂਆਂ ਵਗੈਰਾ ਦੇ ਬਹੁਤ ਪਿਆਰੇ ਪਿਆਰੇ ਇਹ ਚਮੇਲੀ ਦੇ ਹੈਗੇ ਨੇ ਇੱਥੇ ਚਮੇਲੀ ਦਾ ਮੈਂ ਸੋਚ ਅਤੇ ਇੱਥੇ ਜੀ ਮਾਸ਼ਾ ਅੱਲਾਹ ਸਟੋਬਰੀ ਦੇ ਵੀ ਬੂਟੇ ਪਏ ਨੇ ਛੋਟੇ ਛੋਟੇ ਉੱਥੇ ਸਟੋਬਰੀ ਵੀ ਲੱਗੀ ਹੋਈ ਆ ਬਿਸਮਿਲ੍ਲਾਹ ਰਹਿਮਾਨ ਰਹੀਮ ਅਸਲਾਮ ਅਲੈਕੁਮ ਕੀ ਹਾਲ ਚਾਲ ਮੈਂ ਤਮਾਮ ਆਪਣੇ ਬਾਈਆਂ ਦੇ ਅੱਲਾਹ ਦੇ ਫਜ਼ਲ ਕਰੋ ਨਾ ਮੈਂ ਬਿਲਕੁਲ ਠੀਕ ਠਾਕ ਹਾਂ ਅਤੇ ਜਿਹੜੇ ਮੇਰੇ ਭੈਣਾਂ ਭਾਈ ਚੈਨਲ 'ਤੇ ਨਵੇਂ ਨੇ ਸਭ ਤੋਂ ਪਹਿਲੇ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਮੇਰੇ ਰੋਜ਼ਾਨਾ ਦਾ ਵਲੌਗ ਵੇਖਣ ਵਾਸਤੇ ਨਾਲ ਘੰਟੀ ਵਾਲੇ ਬਟਨ ਵੀ ਦਬਾ ਲਓ ਚਲੋ ਜੀ ਫਿਰ ਅੱਜ ਦਾ ਵਲੌਗ ਕਰਨਾ ਸਟਾਰਟ ਜਿਵੇਂ ਕਿ ਤੁਹਾਨੂੰ ਪਤਾ ਕੱਲ੍ਹ ਅੰਮੀ ਕਿਚਨ ਨੂੰ ਲੱਗੀ ਰਹੀ ਸੀਗੀ ਕਿਚਨ ਦਿੱਤਾ ਇਹ ਸਾਹਮਣੇ ਵਾਲੀ ਸਾਈਡ ਹੀ ਬਸ ਰਹਿ ਗਈ ਡਿਜ਼ਾਇਨਾਂ ਗੱਲ ਇਸ ਤੋਂ ਬਾਅਦ ਇਹਨਾਂ 'ਤੇ ਰੰਗ ਮਾਰਾਂਗੇ ਅਤੇ ਫਿਰ ਜੀ ਮੈਂ ਤਾਂ ਅੱਜ ਪਾਰਕ ਨੂੰ ਹੀ ਲੱਗਾ ਰਹਿਣਾ ਜਿਹੜੀ ਪਾਰਕ ਦੀ ਮਿੱਟੀ ਹੈ ਨਾ ਇਹ ਕੋਈ ਸਿਟਣੀ ਆ ਅਤੇ ਅੰਮੀ ਜਿਹੜੀ ਆ ਉਹ ਇੱਧਰ ਇਹਦੇ ਡਿਜ਼ਾਇਨ ਵਗੈਰਾ ਬਣਾਵੇਗੀ ਇੱਦਾਂ ਜੀ ਅੱਬੂ ਜਾਨ ਵੀ ਜਾਣ ਲੱਗੇ ਨੇ ਦੁਕਾਨ 'ਤੇ ਅਤੇ ਮੈਂ ਬੱਚਿਆਂ ਨੂੰ ਸਕੂਲ ਛੱਡਣ ਜਾਣ ਲੱਗੇ ਉਹਨਾਂ ਨੇ ਸਕੂਲ ਜਾਵਣ ਦੇ ਟਾਈਮ ਹੋ ਗਿਆ ਆ ਜਾਓ ਸਨੈਣ ਸਨੈਣ ਉਹ ਤਿਆਰ ਹੋ ਗਏ ਨੇ ਵਰਦੀ ਕਿਉਂ ਨਹੀਂ ਪਾਈ ਤੁਸੀਂ ਦੋ ਨਾਲੀ ਚਲੋ ਆ ਜਾ ਪਹਿਲੇ ਅੱਬੂ ਜਾਨ ਦਾ ਮੋਟਰਸਾਈਕਲ ਅੱਗੇ ਖੜਾ ਅੱਬੂ ਜਾਨ ਪਹਿਲਾਂ ਨਿਕਲ ਲੈਣ ਫਿਰ ਅਸੀਂ ਪਿੱਛੇ ਜਾਵਾਂਗੇ ਚੂਜ਼ਿਆਂ ਨੇ ਸੁਬਹਾ ਆਪਣੇ ਆਪ ਹੀ ਦੌੜ ਲਾ ਰਹੀ ਇਹਨਾਂ ਦਾ ਦਰਵਾਜ਼ਾ ਖੁੱਲ੍ਹ ਗਿਆ ਸੀਗਾ ਅਤੇ ਨਿਕਲ ਗਏ ਸਾਰੇ ਉਤਲੇ ਵੀ ਅਤੇ ਥੱਲੇ ਵਾਲੇ ਵੀ ਅੱਬੂ ਜਾਨ ਜੀ ਚਲੇ ਗਏ ਨੇ ਹੁਣ ਮੈਂ ਮੋਟਰਸਾਈਕਲ ਬਾਹਰ ਕੱਢਣਾ ਚਲੋ ਤੁਸੀਂ ਬਾਹਰ ਚਲੋ ਜਲਦੀ ਜਲਦੀ ਅਤੇ ਬਾਹਰ ਜੀ ਮੋਟਰਸਾਈਕਲ ਕੱਢ ਰਿਹਾ ਬੱਚੇ ਸਾਰੇ ਪਿੱਛੇ ਬਹਿ ਰਹੇ ਬਹਿ ਜਾਂਦੇ ਅਤੇ ਫਿਰ ਇਹਨਾਂ ਨੂੰ ਛੱਡ ਇਹਨਾਂ ਸਕੂਲ ਇੱਥੇ ਜੀ ਬੱਚਿਆਂ ਸਕੂਲ ਕੋਲ ਪਹੁੰਚ ਗਿਆ ਬੱਚਿਆਂ ਨੂੰ ਛੱਡ ਕੇ ਅਤੇ ਫਿਰ ਚੱਲਦੇ ਹਾਂ ਜੀ ਘਰ ਬੱਚਿਆਂ ਨੂੰ ਤਾਂ ਸਕੂਲ ਛੱਡਤਾ ਹੁਣ ਚੱਲਣਾ ਘਰ ਜਾ ਕੇ ਮਿੱਟੀ ਬੜੀ ਸਿੱਟਣੀ ਆ ਬੱਚਿਆਂ ਨੂੰ ਸਕੂਲ ਛੱਡ ਕੇ ਘਰ ਵਾਪਸ ਆ ਗਿਆ ਚਲੋ ਜੀ ਹੁਣ ਅੰਦਰ ਚੱਲਦੇ ਹਾਂ ਬੱਚਿਆਂ ਨੂੰ ਜੀ ਮੈਂ ਸਕੂਲ ਛੱਡ ਕੇ ਆ ਗਿਆ ਅਤੇ ਅੰਮੀ ਜਿਹੜੀ ਆ ਜਲਦੀ ਜਲਦੀ ਝਾੜੂ ਦੇ ਰਹੀ ਆ ਕਿਉਂਕਿ ਇੱਕ ਐਮਰਜੈਂਸੀ ਬਣ ਗਈ ਆ ਅੰਮੀ ਦੇ ਚਾਚੂ ਦੇ ਪੁੱਤਰ ਦੀ ਤਬੀਅਤ ਖਰਾਬ ਹੋ ਗਈ ਆ ਬਹੁਤ ਜ਼ਿਆਦਾ ਉਹਨਾਂ ਦਾ ਫੋਨ ਆਇਆ ਕਿ ਬਿਲਕੁਲ ਸੀਰੀਅਸ ਮਾਮਲਾ ਹੈਗਾ ਅਤੇ ਸੀਰੀਅਸ ਹੈਗਾ ਅਤੇ ਉਹਨਾਂ ਸੀ ਤਾਂ ਸਾਨੂੰ ਫੋਨ ਐਮਰਜੈਂਸੀ 'ਚ ਉਹਨਾਂ ਨੇ ਦਾਖਲ ਕੀਤਾ ਹੈਗਾ ਅਤੇ ਅਸੀਂ ਹੁਣ ਜਾਣ ਲੱਗੇ ਉਹਦੇ ਤਾਂ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਬਣ ਗਈ ਤੁਸੀਂ ਮੇਰੇ ਭੈਣਾਂ ਵੀਰਾਂ ਦੁਆ ਕਰਨੀ ਕਿ ਅੱਲਾ ਕਰੇ ਅਤੇ ਜਿਹੜਾ ਮੇਰੇ ਚਾਚੇ ਦਾ ਪੁੱਤਰ ਹੈ ਉਹਨੂੰ ਤੰਦਰੁਸਤੀ ਦੇਵੇ ਅਤੇ ਸਿਹਤ ਦੇਵੇ ਅਤੇ ਉਹ ਬਿਲਕੁਲ ਉਹਦੀ ਉਮਰ ਥੋੜ੍ਹੀ ਜਿਹੀ ਹੈ ਬਿਲਕੁਲ ਮੇਰੇ ਇਤਨੀ ਕਰ ਲਓ ਮੇਰੇ ਤੋਂ ਥੋੜ੍ਹੀ ਜਿਹੀ ਗਣੀ ਹੋਣੀ ਹੈ ਸਾਡੀ ਜਿਹੜੀ ਪੂਰੀ ਫੈਮਿਲੀ ਉਹ ਬਹੁਤ ਪਰੇਸ਼ਾਨ ਹੈ ਅੱਲਾ ਪਾਕ ਉਹਨੂੰ ਤੰਦਰੁਸਤੀ ਦੇਵੇ ਅਤੇ ਸਿਹਤ ਦੇਵੇ ਤੁਸੀਂ ਦੁਆ ਕਰਨੀ ਸਾਰਿਆਂ ਭੈਣਾਂ ਵੀਰਾਂ ਅੱਲਾ ਪਾਕ ਤੁਹਾਡੀ ਸੁਣ ਲਈ ਸੀ ਅਤੇ ਮੈਨੂੰ ਪੱਕਾ ਯਕੀਨ ਹੈ ਕਿ ਤੁਹਾਡੀ ਮੇਰੇ ਭੈਣਾਂ ਭਰਾਵਾਂ ਦੀ ਦੁਆ ਅੱਲਾ ਪਾਕ ਕਿਸੇ ਨਾ ਕਿਸੇ ਦੀ ਜ਼ਰੂਰ ਸੁਣ ਲਈ ਸੀ ਬਾਕੀ ਜਲਦੀ ਜਲਦੀ ਅੰਮੀ ਝਾੜੂ ਦੇ ਲੈਂਦੀ ਚੱਲਣੇ ਆ ਫਿਰ ਉੱਧਰ ਝਾੜੂ ਜੀ ਅੰਮੀ ਨੇ ਦੇ ਲਿਆ ਅਤੇ ਹੁਣ ਜੀ ਚੱਲਣੇ ਆ ਫਿਰ ਹੋਸਪਿਟਲ ਜਲਦੀ ਜਲਦੀ ਚਲੇ ਗਏ ਐਸ਼ਾ ਹੀ ਬਸ ਹੁਣ ਗਾਰ ਹੈ ਜੀ ਇੱਥੋਂ ਕਰੋ ਜੀ ਅਸੀਂ ਨਿਕਲ ਪਿਆ ਜਲਦੀ ਜਲਦੀ ਚੱਲਦੇ ਹਾਂ ਇੱਥੇ ਨਾਲ ਹੀ ਸ਼ਹਿਰ ਹੈਗਾ ਸਾਹੀਵਾਲ ਉੱਥੇ ਜਾਣਾ ਇੱਥੋਂ ਜੀ ਅਸੀਂ ਪਿੰਡ 'ਚੋਂ ਨਿਕਲ ਪਏ ਹਾਂ ਅਤੇ ਪੈਟਰੋਲ ਪਵਾਉਣਾ ਸੀਗਾ ਲੇਕਿਨ ਇੱਥੇ ਪਿੰਡ ਕੋਈ ਦੁਕਾਨ ਨਹੀਂ ਖੁੱਲ੍ਹੀ ਪੈਟਰੋਲ ਵਾਲੀ ਹੁਣ ਜਾ ਕੇ ਪੈਟਰੋਲ ਪੰਪ 'ਤੇ ਪਾਵਾਂਗੇ ਪੈਟਰੋਲ ਇੱਥੇ ਜੀ ਆ ਪੈਟਰੋਲ ਪੰਪ 'ਤੇ ਆ ਗਏ ਇੱਥੇ ਪੈਟਰੋਲ ਪਵਾ ਕੇ ਅੱਗੇ ਚੱਲਦੇ ਹਾਂ ਫਿਰ ਇੱਥੇ ਪੈਟਰੋਲ ਪੰਪ ਤੋਂ ਪੈਟਰੋਲ ਜੀ ਪਵਾ ਲਿਆ ਅਤੇ ਹੁਣ ਜਲਦੀ ਜਲਦੀ ਫਿਰ ਚੱਲਦੇ ਹਾਂ ਹੋਸਪਿਟਲ ਆ ਜੀ ਇੱਥੇ ਫੈਸਲਾਬਾਦ ਹੋ ਗਿਆ ਖਤਮ ਅਤੇ ਅੱਗੇ ਸਾਹੀਵਾਲ ਹੋ ਗਿਆ ਸ਼ੁਰੂ ਦੋਨੇ ਜ਼ਿਲ੍ਹਿਆਂ ਦੀ ਅਸੀਂ ਤਕਰੀਬਨ ਦਰਮਿਆਨ 'ਚ ਲੱਗ ਜਾ ਰਹੇ ਹਾਂ ਹੁਣ ਜੀ ਆ ਇਸ ਤੋਂ ਅੱਗੇ ਰਾਵੀ ਸ਼ੁਰੂ ਹੋ ਰਿਹਾ ਸਾਹਮਣੇ ਗੱਡੀ ਤੁਸੀਂ ਵੇਖ ਸਕਦੇ ਹੋ ਕਿੰਨੀ ਸਪੀਡ 'ਚ ਆ ਰਹੀ ਆ ਸਾਨੂੰ ਜਲਦੀ ਬਹੁਤ ਹੈ ਅਤੇ ਵਾਪਸੀ ਤੁਹਾਨੂੰ ਵਿਖਾਵਾਂਗੇ ਦਰਿਆ ਵੀ ਅਤੇ ਪੁੱਲ ਵੀ ਕਿਉਂਕਿ ਬਹੁਤ ਹੀ ਜ਼ਿਆਦਾ ਸਾਨੂੰ ਜਲਦੀ ਆ ਹੁਣ ਜੀ ਅਸੀਂ ਰਾਵੀ ਬ੍ਰਿਜ ਕ੍ਰਾਸ ਕਰ ਰਹੇ ਹਾਂ ਅਤੇ ਦਰਿਆ 'ਚ ਨਾ ਪਾਣੀ ਆ ਰਿਹਾ ਹੋਰ ਪਹਿਲੇ ਗੰਦਾ ਪਾਣੀ ਸੀ ਲੇਕਿਨ ਹੁਣ ਪਾਣੀ ਆ ਰਿਹਾ ਨਵਾਂ ਹੁਣ ਸਾਰੇ ਹੀ ਬੰਨਾ ਦਰਿਆ ਸੀ ਵਾਪਸੀ 'ਤੇ ਵੇਖਿਆ ਜੇ ਇਸ ਨਾਲੋਂ ਜ਼ਿਆਦਾ ਪਾਣੀ ਹੋ ਜਾਣਾ ਸੁਬਹਾ ਸੁਬਹਾ ਬਰੀਕ ਦੇ ਜਿਹੜੇ ਇੱਥੇ ਕੁਛ ਨਹੀਂ ਚੋਗਰ ਹੈ ਚਾਵਲ ਵਗੈਰਾ ਕੁਛ ਸਿੱਟ ਕੇ ਆਉਣਾ ਜਿਸ ਤਰ੍ਹਾਂ ਕੋਈ ਸੁਬਹਾ ਸੁਬਹਾ ਬਾਜਰਾ ਪਾਉਂਦਾ ਹੈਗਾ ਚਿੜੀਆਂ ਨੂੰ
जल्दी हूँ बहुत ज़्यादा हैगी वापसी तो इंशाल्लाह ताला तुहानू ब्रेक दित्ते रोक के ते अच्छी तरह दरिया दिखावांगे आ ओ सारा थले सुट्टे दिखावांगे इत्थे जी आ छोटा जिहा शहर हैगा रावी दरिया तो अगे ये असीं क्रॉस कर रहे हैं इस तो अगे तकरीबन 12-13 किलोमीटर हैगा साहिवाल उत्थे असीं जाना है सिविल हस्पताल में जाना है हाँ सिविल हस्पताल एमरजेंसी वार्ड जाना शहर जी असीं पहुँचे खड़े हैं तकरीबन 2-3 किलोमीटर सफ़र रह गया तो तोड़ तक रस्ते च छोटे छोटे शहर ने जिवें आ है एक तो शहर जी असीं पहुँच गए तो कॉलेज के सामने वेखो रोड के उत्ते मोटरसाइकिल इन्ने खड़े ने इधर कॉलोनी के सामने प्यारे प्यारे फूल लगे हैं अगे हम जल्दी जल्दी ना हॉस्पिटल चलने इधर हॉस्पिटल के बाद जी असं पहुंचे खड़े हैं जल्दी जल्दी चलने अम्मी एमरजेंसी जाना हाँ अगे हैगा एमरजेंसी ये दूसरा दरवाजा एमरजेंसी थोड़ा अगे आ इतने जी एमरजेंसी वार्ड च आ गया तो हूँ जी चलने फिर मरीज ने पूछ मोटरसाइकिल जी इतने पार्किंग रोकता पर्ची लै लिया चलो जी चलने हूँ अगर इतने आए थे लेकिन उन्होंने अंदर मरीज को नहीं जानता बहरों उन्होंने उतो मिल के आ रहे हैं मम्मी और चाचू जान और अंदर जान नहीं दे रहे क्योंकि उनकी तबीयत बहुत ज़्यादा खराब है ना चलो जी चलिए चलने हूँ घर वापस इतने स्टैंड चो मोटरसाइकिल कटा लिया तो हूँ जी चलने फिर घर वापस इतों हॉस्पिटल जी असं निकल पे तो दंद दस जी को उन्होंने को असं पूछा से उनकी तबीयत हो जी उन्होंने कह रहे हैं कि तबीयत अगे नालों बेहतर आ सानू अंदर तो नहीं डॉक्टर ने जान दिता बार गार्ड ने ही डक लिया उन्हें क्या अंदर जाने की करी इजाजत नहीं आ बाकी जी उन दिल का ही एक मसला सीगा तो कह रहे अगे ना बेहतर आ तबीयत दुआ कर अल्लाह उन्हें सेहत दे इतने वापस जी असं मेन रोड से आ गए तो हूँ साड़ी परेशानी थोड़ी घनी दूर हो गई क्योंकि पहले कह रहे थे कि उनकी जान को खतरा हैगा तो हूँ कह रहे हैं अगे नालों कुछ तबीयत बेहतर है बाकी हम रस्ते बड़िया चीज़ा दिखावे रावी दरिया भी खावे तो आखो इंशाल्लाह ताला असी कभी यह जहाँ घर पावे कभी सानू ही अल्लाह इतना पैसा देगा तो असी यह घर पावे बाकी जी हम तुम रावी की सैर वापसी तो जरूर करानी है अच्छी तरह इतों शहरों जी असं निकल पे तो बाकी जी मैं एक और टारगेट आज रखन लगे जे जे रातों रात 500 सबसक्राइबर तो इस वीडियो 10,000 तो उत्ते व्यू आ गए तो इंशाल्लाह ताला 2-3 दिन तक मैं रावी ते आके एक VIP जी रेसिपी अपने हाथों नाल बनावांगा इतों जी असं नर्सरी को लग रहे सीगे तो बूटे में नज़र आए माशाल्लाह गुलाब किन्ने प्यारे प्यारे पै ने इतने तो मैनू ना मैं चलो 2-3 पौधे ले चली जेडे पसंद आते हैं बाकी माशाल्लाह इतने बहुत प्यारे प्यारे पै ने तो अम्मी मिर्चा की पनीरी भी पई है इधर ना ए सब तो ज्यादा मैं आ पसंद आ रहा है कोई भी फुलों दे इतने कोई पसंद आता तो लै चलने बाकी माशाल्लाह बहुत प्यारे प्यारे फूल ने तो इतने जी माशाल्लाह स्ट्रॉबेरी के भी बूटे पे ने छोटे छोटे तो स्ट्रॉबेरी भी लगी हुई है हाँ वेखो पुदीना इधर आ फुल ने आगे होर क्वालिटी के ने भी पुदीना ही लगा हुआ छोटा छोटा है तो इधर वेखो माशाल्लाह अगे जी उधर और ज्यादा फुल ने इधर भी ने फुलों की तो मैं कहना क्या हुआ तो आखो माल्टिया के बूटे छोटे छोटे माल्टे लगे हुए हैं उत्ते इधर जी नर्सरी की बैक साइड पर आए तो माशाल्लाह इतने भी नींबू वगैरह के बहुत प्यारे प्यारे चमेली दे गए हैं चमेली का मैं सोच रहा एक लै जावा चमेली के पै ने इन्हों तो बताली तक तो फुल नहीं लगे तो अगे इधर गुलाबा दे बाग पूरा ही लगा हुआ चलो जी हम चलने देखो चमेली तो लै जाना चक के चमेली तो एक लै जाने बाकी जो होर बड़े लै जाने ने बाद चक लै जावे केड़ा लै जा केड़ा केड़ा जरा ज्यादा उगरे हो अगली साइड तक मैं चुकने मैं तो जो पहले गुलाब कटिया लैन लगे से लेकिन अम्मी ने अम्मी ने जो आके दसिया ना कि इधर गमले वाला गुलाब पैन अम्मी कह रही है कि पता ना ही उगे लेकिन गमले वाला गुलाब जोड़ा ना ये जल्दी उग जाता तो फिर इतों एक लै लें और रहने
ਇੱਥੋਂ ਇੱਕ ਫਿਰ ਲੱਭ ਕੇ ਲੈ ਜਾਈਏ ਇੱਕ ਪਿਆਰਾ ਜਿਹਾ ਜਿਹੜਾ ਸਦਾ ਬਾਹਰ ਆਉਂਦਾ ਨਾ ਉਹ ਇੰਨੇ ਹਾਂ ਅੱਗੇ ਪਤਾ ਨਹੀਂ ਕੀ ਚੀਜ਼ ਦੇ ਆ ਬੂਟੇ ਜਿਹੇ ਨੇ ਪੱਤੇ ਵੇਖੋ ਹਾਂ ਚਲੋ ਜੀ ਉਹਨਾਂ ਨੂੰ ਕਹਿੰਦੇ ਇੱਥੇ ਕੱਢ ਦਿਆ ਪੈਸੇ ਜੀ ਬਾਈ ਹੋਰਾਂ ਦੇ ਦਿੱਤੇ ਨੇ ਅੰਮੀ ਕਹਿ ਰਹੀ ਗੁਲਾਬ ਲੈ ਲਾ ਚਮੇਲੀ ਜਿਹੜੀ ਆ ਇਹ ਆਪਾਂ ਬਾਅਦ ਇੱਕ ਘੇਰੇ ਸਾਰੇ ਲੈ ਜਾਵਾਂਗੇ ਇੱਕ ਰਕਸ਼ੇ ਦੇ ਵਿੱਚ ਨਾ ਜਦੋਂ ਪਾਰਕ ਜਦੋਂ ਪਾਰਕ ਦੀ ਤਿਆਰੀ ਕੀਤੀ ਅਤੇ ਆਹ ਜਿਹੜੀ ਦਾਨੇ ਵੇਲਾਂ ਵੀ ਖਾਈਆਂ ਨਾ ਅਸਲ ਤਾਂ ਮੈਨੂੰ ਲੱਗਦਾ ਗੁਲਾਬ ਤਾਂ ਪਿਉਂਦ ਹੋਈ ਹੋਈ ਗੁਲਾਬ ਦੀ ਤਰ੍ਹਾਂ ਨਾ ਵੇਖੋ ਮਾਸ਼ਾ ਅੱਲਾ ਕਿੰਨੇ ਪਿਆਰੇ ਪਿਆਰੇ ਫੁੱਲ ਨੇ ਐਵੇਂ ਹੀ ਇੱਧਰ ਸਾਹਮਣੇ ਤੋੜ ਤੱਕ ਚਮਕ ਰਹੇ ਨੇ ਇਹ ਗੁਲਾਬ ਦੀ ਤਰ੍ਹਾਂ ਵੇਖੋ ਉੱਗਦੀਆਂ ਗੁਲਾਬ ਦੀ ਤਰ੍ਹਾਂ ਜਿਵੇਂ ਗੁਲਾਬ ਦੇ ਹੁੰਦੇ ਨੇ ਕਸ਼ਬੋ ਵੀ ਹੈ ਚਮੇਲੀ ਦੀ ਤਰ੍ਹਾਂ ਪਤਾ ਨਹੀਂ ਕੀ ਚੀਜ਼ ਦੇ ਵਿੱਚੋਂ ਪਿਉਂਦ ਕਰਕੇ ਕਿਵੇਂ ਬਣਾ ਦਿੱਤੀਆਂ ਨੇ ਇਹਨਾਂ ਨੂੰ ਅਤੇ ਪਿੱਛੇ ਮਾਲਟਿਆਂ ਦੇ ਆਪਣੇ ਕੀ ਚੀਜ਼ ਦੇ ਹੈਗੇ ਨੇ ਬੂਟੇ ਉਹਨਾਂ 'ਤੇ ਡੋਲੀਆਂ ਵਗੈਰਾ ਲੱਗ ਗਈ ਚਲੋ ਜੀ ਫਿਰ ਹੁਣ ਆਪਾਂ ਚਲੀਏ ਆਪਾਂ ਇੱਕ ਗਮਲਾ ਹੀ ਲੈ ਕੇ ਵਗ ਜਾ ਵੀ ਇਹ ਵੀ ਬੜੀ ਗੱਲ ਆ ਮੋਟਰਸਾਈਕਲ 'ਤੇ ਆ ਰਹਿਣ ਦਿੰਦੇ ਹਾਂ ਅਤੇ ਗਾਹ ਵਗੈਰਾ ਵੀ ਉਹਨਾਂ ਨੂੰ ਕਹਿ ਦਿੱਤਾ ਕਹਿ ਰਹੇ ਨੇ ਕਿ ਗਾਹ ਨਾ ਅੱਛਾ ਜਿਹਾ ਤੁਹਾਨੂੰ ਲਿਆ ਦੇਵਾਂਗੇ ਪਾਰਕ ਵਾਸਤੇ ਅਤੇ ਗਮਲੇ ਜਿਹੜੇ ਨੇ ਪਹਿਲੇ ਹੀ ਇਹਨਾਂ ਕੋਲ ਪਏ ਨੇ ਅਤੇ ਮੈਂ ਸੋਚ ਰਿਹਾ ਮੰਮੀ ਆਪਾਂ ਇਹ ਵੀ ਲੈ ਜਾਣਾ ਇੱਥੋਂ ਬਹੁਤ ਮੈਨੂੰ ਪਿਆਰਾ ਲੱਗਾ ਇਹ ਬੜਾ ਮਹਿੰਗਾ ਹੈਗਾ ਬਾਕੀ ਅੱਲਾ ਦੇਵੇਗਾ ਕਿਧਰੋਂ ਪੈਸੇ ਤਾਂ ਫਿਰ ਆਪਾਂ ਲੈ ਜਾਵਾਂਗੇ ਕਿਧਰੋਂ ਨਾ ਕਿਧਰੋਂ ਚਲੋ ਜੀ ਹੁਣ ਚੱਲਦੇ ਹਾਂ ਫਿਰ ਘਰ ਅੱਗੇ ਅਸੀਂ ਵਾਪਸ ਜੀ ਦਰਿਆ ਰਾਵੀ ਕੋਲ ਪਹੁੰਚੇ ਖੜੇ ਹਾਂ ਅਤੇ ਹੁਣ ਤੁਹਾਨੂੰ ਵਿਖਾਵਾਂਗੇ ਕਿ ਉਹਦੇ 'ਚ ਕਿੰਨਾ ਕੁ ਪਾਣੀ ਆ ਗਿਆ ਮੈਨੂੰ ਤਾਂ ਲੱਗਦਾ ਅੱਧਾ ਕੁ ਬਣ ਗਿਆ ਹੋਣਾ ਜਿਹੜੀ ਸਪੀਡ ਨਾਲ ਪਾਣੀ ਆ ਰਿਹਾ ਸੀ ਜੇ ਮੱਠਾ ਹੋ ਗਿਆ ਹੋਇਆ ਤਾਂ ਉੱਥੇ ਹੋ ਗਿਆ ਹੋਣਾ ਜਾ ਕੇ ਦੇਖਦੇ ਹਾਂ ਫਿਰ ਇੱਥੇ ਜੀ ਵਾਪਸ ਅਸੀਂ ਰਾਵੀ ਬਰਾਈ 'ਤੇ ਆ ਗਿਆ ਪਹਿਲੇ ਤਾਂ ਮੈਂ ਗੱਲ ਕੀਤੀ ਸੀ ਕਿ ਉਸ ਥੱਲੇ ਲੈ ਕੇ ਤੁਹਾਨੂੰ ਵਿਖਾਵਾਂਗੇ ਲੇਕਿਨ ਥੱਲੇ ਲਵਾਂ ਨੂੰ ਅਸਲ ਤਾਂ ਅੰਮੀ ਜਿਹੜੀ ਇਹਨਾਂ ਨੂੰ ਦੋ ਪੜੀ ਲੱਗ ਰਹੀ ਆ ਅਤੇ ਅੰਮੀ ਜਿਹੜੀ ਕਹਿ ਰਹੀ ਮੇਰਾ ਪਲਾਟ ਜਿਹਾ ਘੱਟ ਜਾਂਦਾ ਘਰ ਚੱਲੀ ਆਪਾਂ ਮੇਰਾ ਤਾਂ ਬੜਾ ਦਿਲ ਕਰ ਰਿਹਾ ਹੁਣ ਵੀ ਲਵਣ ਵਾਸਤੇ ਉਹ ਥੱਲੇ ਦੋ ਗਿੱਦੜ ਬੈਠੇ ਹੋਏ ਨੇ ਤੈਨੂੰ ਪਤਾ ਨਜ਼ਰ ਆ ਰਹੇ ਹੋਣੇ ਨੇ ਕਿ ਨਹੀਂ ਮੈਨੂੰ ਨਜ਼ਰ ਆਏ ਨੇ ਮੌਕੇ ਨਾਲ ਜ਼ਿਆਦਾ ਹੋ ਗਿਆ ਪਾਣੀ ਥੋੜ੍ਹਾ ਜਿਹਾ ਵਧਿਆ ਹੈਗਾ ਉਸ ਤੋਂ ਬਾਅਦ ਮੈਨੂੰ ਲੱਗਦਾ ਸਪੀਡ ਪਿੱਛੋਂ ਆਉਣ ਦੀ ਘੱਟ ਹੋ ਗਈ ਯਕੀਨਨ ਅੱਜ ਬਹੁਤ ਹੀ ਜ਼ਿਆਦਾ ਗਰਮੀ ਆਏਗੀ ਮੇਰੀ ਅੱਖਾਂ ਨੂੰ ਪੈ ਰਹੀ ਹੈ ਤਾਂ ਅੱਖਾਂ ਜਿਹੜੀਆਂ ਦਰਦ ਹੋ ਰਹੀਆਂ ਨੇ ਕੁਝ ਸੇਕਾ ਜਿਹਾ ਪੈ ਰਿਹਾ ਬਾਕੀ ਅਸੀਂ ਹੁਣ ਘਰ ਚੱਲਦੇ ਹਾਂ ਅਤੇ ਜਿਹੜੀ ਮੈਂ ਅੱਜ ਗੱਲ ਕੀਤੀ ਆ ਉਹ ਜੇ ਪੂਰੀ ਕਰਤੀ 500 ਸਬਸਕ੍ਰਾਈਬਰ ਅਤੇ 10,000 ਉੱਤੇ ਇਸ ਵੀਡੀਓ 'ਤੇ ਵਿਊ ਆ ਗਏ ਅਤੇ ਇਨਸ਼ਾਅੱਲਾ ਤਾਲਾ ਮੈਂ ਇੱਥੇ ਰੈਸਪੀ ਆ ਕੇ ਪਕਾਵਾਂਗਾ ਸਬਸਕ੍ਰਾਈਬਰਾਂ ਨੂੰ ਛੱਡੋ ਸਬਸਕ੍ਰਾਈਬਰ ਤੁਸੀਂ 200 ਕਰਾ ਦਿਓ ਲੇਕਿਨ ਇਸ ਵੀਡੀਓ 'ਤੇ 10,000 ਵਿਊ ਆ ਗਏ ਨਾ ਇੱਥੇ ਮੈਂ ਆ ਕੇ ਰੈਸਪੀ ਪਕਾਵਾਂਗਾ ਇਨਸ਼ਾਅੱਲਾ ਤਾਲਾ ਜਿਤਨੀ ਮਰਜ਼ੀ ਗਰਮੀ ਹੋਈ ਮੈਂ ਆ ਕੇ ਪਕਾਵਾਂਗਾ ਇੱਥੋਂ ਥੱਲੇ ਮੋਟਰਸਾਈਕਲ ਲਾਂਦਾ ਹੀ ਨਹੀਂ ਮੈਨੂੰ ਲੱਗਦਾ ਅੱਗੋਂ ਸਾਰੀ ਜਗ੍ਹਾ ਜਿਹੜੀ ਥੋੜ੍ਹੇ ਡੇਗੀ ਆ ਇੱਥੇ ਜੀ ਹੋ ਗਿਆ ਸਾਹੀਵਾਲ ਖਤਮ ਅਤੇ ਅੱਗੇ ਸ਼ੁਰੂ ਹੋ ਗਿਆ ਫੈਸਲਾਬਾਦ ਸਾਡਾ ਜ਼ਿਲ੍ਹਾ ਫੈਸਲਾਬਾਦ ਚਲੋ ਜੀ ਹੁਣ ਅਸੀਂ ਘਰ ਆਪਣੇ ਖੜ੍ਹੇ ਹਾਂ 2-3 ਕਿਲੋਮੀਟਰ ਅੱਗੇ ਸਫ਼ਰ ਰਹਿ ਗਿਆ ਜਲਦੀ ਜਲਦੀ ਚੱਲਦੇ ਹਾਂ ਬਹੁਤ ਔਖੇ ਜਾ ਰਹੇ ਹਾਂ ਗਮਲੇ ਅਸੀਂ 2 ਲੈ ਲੈਂਦੇ ਤਾਂ ਹੋਰ ਔਖਿਆਂ ਜਾਣਾ ਸੀ ਚੰਗਾ ਕੀਤਾ ਜਿਹੜਾ 1 ਹੀ ਲਿਆ ਅਤੇ ਡੰਡਾ ਜਿਹੜਾ ਆਉਂਦਾ ਮੋਟਰਸਾਈਕਲ ਤੋਂ ਵੀ ਟੁੱਟ ਗਿਆ ਸੇਫ ਗਾਰਡ ਇੱਥੇ ਵਾਪਸ ਹੀ ਗਾਰਾ ਰਸਤੇ 'ਤੇ ਆ ਗਿਆ ਅਤੇ ਜਲਦੀ ਜਲਦੀ ਘਰ ਚੱਲਣਾ ਮੇਰੀ ਤਬੀਅਤ ਹੀ ਖਰਾਬ ਹੁੰਦੀ ਜਾ ਰਹੀ ਆ ਗਰਮੀ ਬਹੁਤ ਜ਼ਿਆਦਾ ਹੈਗੀ ਪਾਣੀ ਵੀ ਨਹੀਂ ਰਸਤੇ 'ਚ ਕਿੱਧਰੋਂ ਪੀਤਾ ਘਰੋਂ ਜਾ ਕੇ ਹੁਣ ਪੀਵਾਂਗੇ ਇੱਥੇ ਵਾਪਸ ਹੀ ਪਿੰਡ ਵੀ ਅਸੀਂ ਆ ਗਿਆ ਅਤੇ ਯਕੀਨਨ ਚੱਕਰ ਜੇ ਆ ਰਹੇ ਨੇ ਜਿਵੇਂ ਜ਼ਿਆਦਾ ਦੁੱਖ ਪੈ ਰਹੀਆਂ ਨਾ ਸਿਰ ਨੂੰ ਕਿਉਂਕਿ ਪਾਣੀ ਨਹੀਂ ਪੀਤਾ ਹੋਇਆ ਤਰੇ ਵੀ ਬਹੁਤ ਜ਼ਿਆਦਾ ਲੱਗੀ ਹੋਈ ਆ ਇੱਥੇ ਵਾਪਸ ਘਰ ਜੀ ਆ ਗਿਆ ਅਤੇ ਅੰਮੀ ਜਾ ਕੇ ਦਰਵਾਜ਼ਾ ਖੋਲ੍ਹਦੀ ਹੈ ਫਿਰ ਚੱਲਣੇ ਅੰਦਰ ਇੱਥੇ ਘਰ ਵਾਪਸ ਜੀ ਅਸੀਂ ਆ ਗਿਆ ਚੂਜ਼ਿਆਂ ਨੂੰ ਇੱਥੇ ਛਾਂ 'ਤੇ ਰੱਖੇ ਹੋਏ ਨੇ ਅਤੇ ਗੁਲਾਬ ਜਿਹੜਾ ਹੈਗਾ ਲਿਆ ਸੀ ਕਹਿੰਦੇ ਡੋਡੀਆਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਨੇ ਵੇਖੋ ਕਿੰਨੀਆਂ ਲੱਗੀਆਂ ਹੋਈਆਂ ਤੈਨੂੰ ਇੱਕ ਵਾਰੀ ਗਮਲੇ 'ਚ ਹੀ ਰੱਖਣਾ ਜਿੱਥੇ ਤੱਕ ਪਾਰਕ ਦਾ ਕੰਮ
मुकम्मल नहीं होंदा। फिर जो इन्हें लावन का टाइम आया होर भी लै आवेंगे तो ये भी नाल ला देवेंगे उत्थे। बाकी जी मेरा ये वाला ब्लॉग होंदा इत्थे खत्म। जी अच्छा लगा हो चैनल सबसक्राइब कर दिया जी, वीडियो लाइक कर दिया जी। अल्लाह हाफिज़। यकीनन बहुत ज़्यादा थक गया। तो एक और गल के जेडे मेरे बना भाई मेरा रबता करना चाहते, मेरे इंस्टाग्राम का नाम है हसन फैमिली ब्लॉग, उत्थे जाके मेरा रबता कर सकते हो।